ਪਾਣੀ ਬਚਾਉਣ ਦੀ ਗੱਲ ਕੀਤੀ ਆ, ਜਿਹੜਾ ਬੰਦਾ ਪਾਣੀ ਬਚਾਵੇਗਾ ਨਾ ਜੀ, ਮੈਂ ਖਬਰ ਪੜ੍ਹ ਰਿਹਾ ਸੀਗਾ, ਪਾਣੀ ਬਚਾਉਣ ਵਾਲੇ ਨੂੰ ਨਗਦ ਇਨਾਮ ਦਿੱਤਾ ਜਾਵੇਗਾ। ਪੰਜਾਬ ਨੂੰ ਨਵੀਂ ਖੇਤੀ ਨੀਤੀ ਤਹਿਤ ਬੀਜ ਉਤਪਾਦਕ ਬਣਾਉਣ ਦੀ ਕਾਰਵਾਈ ਸ਼ੁਰੂ ਹੋਏਗੀ। ਬੜਾ ਵੱਡਾ ਫੈਸਲਾ ਹੈ। ਅਕੀਦਤ ਸਾਹਿਬ, ਖੇਤੀ ਨੀਤੀ ਪੰਜਾਬ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸੀ। ਇਸ ਨੀਤੀ ਨੂੰ ਲੈ ਕੇ ਹੀ ਉਗਰਾਹਾਂ ਜਥੇਬੰਦੀ ਨੇ ਚੰਡੀਗੜ੍ਹ ਦੇ ਵਿੱਚ ਧਰਨਾ ਲਗਾਇਆ ਸੀ ਅਤੇ ਇੱਕ ਅਲਟੀਮੇਟਮ ਦੇ ਕੇ ਆਏ ਸੀਗੇ 30 ਸਤੰਬਰ ਤੱਕ ਦਾ, ਕਿ ਸਾਨੂੰ ਖਰੜਾ ਦਿੱਤਾ ਜਾਵੇ, ਜਿਸ ਤੋਂ ਬਾਅਦ ਦੇ ਵਿੱਚ ਅਸੀਂ ਅੱਗੇ ਵਿਚਾਰ ਚਰਚਾ ਕਰਾਂਗੇ, ਮੀਟਿੰਗਾਂ ਕਰਾਂਗੇ, ਜੇਕਰ ਨਹੀਂ ਹੁੰਦਾ ਤਾਂ ਅਸੀਂ ਦੁਬਾਰਾ ਵਾਪਸ ਆ ਜਾਵਾਂਗੇ। ਅਤੇ ਕਹਿੰਦੇ ਹੁਣ ਉਹ ਨੀਤੀ ਆ ਜਿਹੜੀ ਖੇਤੀ ਵਾਲੀ ਨਵੀਂ, ਉਹਦਾ ਖਰੜਾ ਜਾਰੀ ਹੋ ਗਿਆ। ਹਾਂ, ਖੇਤੀ ਨੀਤੀ ਦਾ ਖਰੜੇ ਦੇ ਵਿੱਚ ਧਰਮਿੰਦਰ ਜੀ ਕਾਫੀ ਕੁਝ ਮੈਂ ਪੜ੍ਹ ਰਿਹਾ ਸੀ ਅਖਬਾਰ, ਉਹਦੇ ਵਿੱਚ ਇੱਕ ਤਾਂ ਉਹਨਾਂ ਨੇ ਪਾਣੀ ਬਚਾਉਣ ਦੀ ਗੱਲ ਕੀਤੀ ਆ, ਜਿਹੜਾ ਬੰਦਾ ਪਾਣੀ ਬਚਾਵੇਗਾ ਨਾ ਜੀ, ਮੈਂ ਖਬਰ ਪੜ੍ਹ ਰਿਹਾ ਸੀਗਾ, ਉਹ ਪਾਣੀ ਬਚਾਉਣ ਵਾਲੇ ਨੂੰ ਨਗਦ ਇਨਾਮ ਦਿੱਤਾ ਜਾਵੇਗਾ। ਕਿੰਨਾ ਪਾਣੀ ਬਚਾਇਆ ਬੰਦੇ ਨੇ, ਨਗਦ ਇਨਾਮ ਦਿੱਤਾ ਜਾਵੇਗਾ ਉਸ ਵਿਅਕਤੀ ਨੂੰ। ਇੱਕ ਤਾਂ ਇਹ ਗੱਲ ਰੱਖੀ ਉਹਨਾਂ ਨੇ, ਦੂਜੀ ਗੱਲ ਆ ਕਿ ਪੰਜਾਬ ਨੂੰ ਨਵੀਂ ਖੇਤੀ ਨੀਤੀ ਤਹਿਤ ਬੀਜ ਉਤਪਾਦਕ ਬਣਾਉਣ ਦੀ ਕਾਰਵਾਈ ਸ਼ੁਰੂ ਹੋਏਗੀ। ਬੜਾ ਵੱਡਾ ਫੈਸਲਾ ਹੈ। ਜੇ ਬੀਜ ਉਤਪਾਦਕ, ਜਿੱਦਾਂ ਨਾ ਸਾਡੇ ਸਨੌਰ ਆ ਪਟਿਆਲੇ ਵਿੱਚ, ਤੁਸੀਂ ਸੁਣਿਆ ਹੋਣਾ ਨਾਂ, ਸਨੌਰੀ ਮਿਰਚ ਸੁਣਿਆ ਤੁਸੀਂ, ਸਨੌਰੀ ਮਿਰਚ ਇੱਕ ਤੁਸੀਂ ਸੁਣਿਆ, ਕਸ਼ਮੀਰੀ ਲਾਲ ਮਿਰਚ ਸੁਣੀ ਹੋਣੀ, ਇੱਕ ਸਨੌਰੀ ਮਿਰਚ ਹੁੰਦੀ ਆ, ਉਹ ਪੀਲੇ ਜਿਹੇ ਰੰਗ ਦੀ ਹੁੰਦੀ ਆ ਮਿਰਚ, ਸਨੌਰੀ ਮਿਰਚ ਪੀਲੇ ਜਿਹੇ ਰੰਗ ਦੀ ਮਿਰਚ ਹੁੰਦੀ ਆ ਉਹ, ਅਤੇ ਬੜੀ ਸਖਤ ਹੁੰਦੀ ਆ ਅਤੇ ਬੜੀ ਕੜਕ ਹੁੰਦੀ ਆ। ਉਹ ਸਨੌਰ ਦੇ ਵਿੱਚ ਖੇਤਰ ਨੂੰ ਹੀ ਉਹਦੀ ਮਾਨਤਾ ਹੈ ਉਹਨੂੰ ਬਣਾਉਣ ਦੀ। ਵੈਸੇ ਤਾਂ ਹੋਰ ਵੀ ਕਈ ਲਾ ਗਏ ਉਹਨੂੰ, ਪਰ ਸਨੌਰ ਦੇ ਖੇਤਰ 'ਚ ਬਹੁਤ ਅੱਜ ਕੱਲ੍ਹ ਘੱਟ ਕਰਤੀ ਲੋਕਾਂ ਨੇ, ਪਤਾ ਨਹੀਂ ਕਿਉਂ, ਅਤੇ ਪਹਿਲਾਂ ਬੀਜਿਆ ਕਰਦੇ ਸੀ। ਇੱਦਾਂ ਪੰਜਾਬ ਦੇ ਵੱਖ ਵੱਖ ਖੇਤਰ ਨੇ, ਕਿਸੇ ਖੇਤਰ ਦੇ ਵਿੱਚ ਮੱਕੀ ਵੱਧ ਹੁੰਦੀ ਆ, ਜਿਵੇਂ ਪਹਾੜੀ ਦੇ ਪੈਰਾਂ ਦੇ ਵਿੱਚ ਇਲਾਕਾ ਹੈਗਾ ਨਾ ਜੀ, ਜਿਵੇਂ ਹੁਸ਼ਿਆਰਪੁਰ ਹੋ ਗਈ, ਠੀਕ ਹੈ ਨਾ ਜੀ, ਅਨੰਗਲ ਇਲਾਕਾ ਹੋ ਗਿਆ ਜੀ, ਇਹ ਇਲਾਕਿਆਂ ਦੇ ਵਿੱਚ ਜ਼ਿਆਦਾ ਮੱਕੀ ਵੀ ਲੋਕ ਬੀਜਦੇ ਆ। ਧਰਮਿੰਦਰ ਨੂੰ ਵੱਧ ਪਤਾ ਹੋਣਾ, ਕਿਉਂਕਿ ਸਹੁਰੇ ਰਹਿੰਦੇ ਹਿਮਾਚਲ ਪ੍ਰਦੇਸ਼ ਵਾਲੇ ਪਾਸੇ, ਅਤੇ ਜਦੋਂ ਜਾਂਦੇ ਆ ਧਰਮਿੰਦਰ ਹੁਣੀ, ਉੱਥੇ ਰਸਤੇ 'ਚ ਮੱਕੀ ਦਾ ਟਾਈਮ ਤਾਂ ਮੱਕੀ ਬਹੁਤ ਬੀਜੀ ਜਾਂਦੀ ਉੱਥੇ, ਬਿਲਕੁਲ ਪਹਾੜੀ ਮੱਕੀ ਬਹੁਤ ਬੜੀ ਸ਼ਾਨਦਾਰ ਹੁੰਦੀ ਆ, ਚਿੱਟੀ ਮੱਕੀ ਹੁੰਦੀ ਆ, ਹਾਂ ਬੜੀ ਸ਼ਾਨਦਾਰ ਹੁੰਦੀ ਆ, ਅਤੇ ਉਹ ਮੱਕੀ ਵੀ ਹੁੰਦੀ ਹੈ, ਮੱਕੀ ਉਸ ਇਲਾਕੇ 'ਚ ਮੱਕੀ ਬੀਜਦੇ ਆ। ਅਤੇ ਇੱਧਰਲੇ ਪਾਸੇ ਸਾਡੇ ਮਾਲਵੇ 'ਚ ਲੈ ਲਓ ਝੋਨਾ ਬੀਜਦੇ ਆ ਲੋਕ, ਕਣਕ ਅਤੇ ਝੋਨਾ, ਅਤੇ ਚਲੇ ਜਾਓ ਉੱਧਰਲੇ ਪਾਸੇ ਨੂੰ, ਚੱਲ ਜਾਈਏ ਆਪਾਂ ਜਿਹੜਾ ਕਿਹੜਾ ਬਠਿੰਡੇ ਵਾਲੇ ਪਾਸੇ ਨੂੰ ਨਿਕਲ ਜਾਓ, ਉੱਪਰਲੇ ਪਾਸੇ ਨੂੰ ਬਠਿੰਡਾ ਹੋ ਗਿਆ, ਮਾਨਸਾ ਹੋ ਗਿਆ, ਨਰਮਾ ਲੋਕ ਬੀਜਦੇ ਆ, ਨਰਮਾ ਕਪਾਹ ਬੀਜਦੇ ਆ ਲੋਕ, ਮਤਲਬ ਕਿ ਵੀ ਉੱਥੇ ਵੀ ਨਰਮੇ ਕਪਾਹ ਨੂੰ ਛੱਡ ਕੇ ਲੋਕ ਝੋਨੇ ਵਾਲੇ ਪਾਸੇ ਆ ਗਏ। ਖੇਤੀ ਨੀਤੀ ਕੀ ਕਹਿੰਦੀ ਆ? ਖੇਤੀ ਨੀਤੀ ਕਹਿੰਦੀ ਆ ਵੀ ਪੰਜਾਬ ਨੂੰ ਅਸੀਂ ਬੀਜ ਬਣਾਉਣ ਵਾਲਾ ਸੂਬਾ ਬਣਾਵਾਂਗੇ, ਬੀਜ ਤਿਆਰ ਕਰਾਂਗੇ ਵੱਖ ਵੱਖ ਫਸਲਾਂ ਦੇ। ਹੁਣ ਕਿਹੜੇ ਬੀਜ ਕਿੱਥੇ ਕਿੱਥੇ ਕਿਹਾ ਇਹਨਾਂ ਨੇ, ਕਹਿੰਦਾ ਵੀ ਇਹ ਬੀਜ ਆਲੂ ਦੀ ਖੇਤੀ ਲਈ ਦੁਆਬਾ ਖੇਤਰ, ਕਣਕ ਅਤੇ ਝੋਨੇ ਲਈ ਲੁਧਿਆਣਾ, ਸੰਗਰੂਰ, ਬਰਨਾਲਾ, ਮੋਗਾ ਨੂੰ ਪ੍ਰਫੁੱਲਿਤ ਕਰਨ ਲਈ, ਬਾਸਮਤੀ ਨੂੰ ਫਸ ਗੁਰਦਾਸਪੁਰ, ਤਰਨ ਤਾਰਨ ਅਤੇ ਅੰਮ੍ਰਿਤਸਰ, ਪਿਆਜ਼ ਲਈ ਬਠਿੰਡਾ ਅਤੇ ਮਾਨਸਾ। ਅੱਛਾ, ਪਟਿਆਲਾ ਕਿਤੇ ਹੈ ਹੀ ਨਹੀਂ, ਪਟਿਆਲਾ ਵੀ ਹੋਗਿਆ ਸਿਰਫ, ਪੱਤਰ ਦਾ ਲਿਖਣਾ ਬੰਦ ਕਰਕੇ ਭੁੱਲ ਗਿਆ ਹੋਵੇ। ਅਤੇ ਇਹ ਇਸ ਤਰੀਕੇ ਨਾਲ ਬਣਾਉਣਗੇ ਜੀ, ਇਹ 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 ਖੇਤਰ ਨੇ ਉੱਥੇ ਬੀਜ ਉਤਪਾਦਨ ਵੱਖ ਵੱਖ। ਵੈਸੇ ਝੋਨਾ ਫਿਰ ਹੀ ਵਾੜਤਾ ਵਿੱਚ ਇਹਨਾਂ ਨੇ, ਦੁਆਬਾ ਖੇਤਰ ਵਿੱਚ ਕਣਕ ਅਤੇ ਝੋਨਾ ਫਿਰ ਵਾੜਤਾ ਇਹਨਾਂ ਨੇ, ਲੁਧਿਆਣੇ, ਸੰਗਰੂਰ, ਬਰਨਾਲਾ, ਮੋਗਾ ਇਲਾਕੇ ਵਿੱਚ ਝੋਨਾ ਦੇ
ਝੋਨਾ ਤਾਂ ਪੰਜਾਬ 'ਚੋਂ ਖਤਮ ਕਰਨਾ ਪੈਣਾ ਜੇਕਰ ਤੁਸੀਂ ਬੀਜ ਉਤਪਾਦਕ ਬਣਨਾ ਚਾਹੁੰਦੇ ਹੋ। ਵੀ ਝੋਨਾ ਜੇਕਰ ਰੱਖੋਗੇ ਤੁਸੀਂ ਤਾਂ ਬੀਜ ਉਤਪਾਦਕ ਨਹੀਂ ਬਣ ਸਕਦੇ। ਕਿਸਾਨਾਂ ਨੇ ਝੋਨਾ ਲਾਉਣਾ ਸੌਖੀ ਫਸਲ ਹੈ, ਬਈਆਂ ਨੇ ਬਿਹਾਰੀ ਬਈਆਂ ਨੇ ਫਸਲ ਲਾ ਦੇਣੀ ਆ, ਝੋਨਾ ਲਾ ਦੇਣਾ ਅਤੇ ਕੰਬਾਈਨ ਨੇ ਵੱਢ ਦੇਣਾ ਅਤੇ ਟਰੈਕਟਰ ਦੇ ਵਿੱਚ ਪਾ ਕੇ ਟਰਾਲੀ 'ਚ ਪਾ ਕੇ ਤੁਸੀਂ ਮੰਡੀ ਸੁੱਟ ਆਉਣਾ। ਮੰਡੀ ਵਿੱਚ ਬਾਪੂ ਬਹਿ ਜਾਂਦਾ ਮੰਡੀ ਦੇ ਵਿੱਚ ਅਤੇ ਬਾਪੂ ਨੇ ਜਾ ਕੇ ਉੱਥੇ ਰਾਖੀ ਕਰਕੇ ਅਤੇ ਸ਼ਾਮ ਤੱਕ ਬੋਲੀ ਹੋ ਜਾਂਦੀ ਆ, ਕਹਾਣੀ ਖਤਮ, ਨਿਬੜਾ ਕੰਮ ਪੈ। ਇੰਨਾ ਕੰਮ ਆ ਝੋਨੇ ਦਾ ਕੰਮ, ਕਿਸਾਨ ਸੌਖਾ ਕੰਮ ਕਰਨਾ ਚਾਹੁੰਦਾ। ਇਸ ਕਰਕੇ ਝੋਨੇ ਨੂੰ ਤੁਸੀਂ ਪੰਜਾਬ 'ਚੋਂ ਰਿਮੂਵ ਕਰੋਗੇ ਤਾਂ ਹੀ ਗੱਲ ਬਣਨੀ ਆ। ਇਸੇ ਤਰੀਕੇ ਨਾਲ ਇੱਕ ਇਹ ਪਾਣੀ ਬਚਾਉਣ ਦੀ ਗੱਲ ਵੀ ਹੋ ਗਈ ਹੈ ਜੀ, ਅਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਖੇਤੀ ਨੀਤੀ ਲੈ ਕੇ ਆਏ ਨੇ, 1 ਲੱਖ ਤੋਂ ਵੱਧ ਲੋਕਾਂ ਤੋਂ ਸੁਝਾਅ ਲਏ ਨੇ ਇਹ ਖੇਤੀ ਨੀਤੀ ਬਾਰੇ। ਹੁਣ ਫਿਰ ਸੁਝਾਵਾਂ ਵਾਸਤੇ ਛੋਟਾ ਦੁੱਧਾ ਖਰੜਾ ਹੈ ਲੋਕਾਂ ਦੇ ਸਾਹਮਣੇ, ਵੀ ਸੁਝਾਅ ਦਿਓ ਭਾਈ ਕੀ ਕਰਨੇ ਆ। ਖੇਤੀ ਨੀਤੀ ਬਣਾਉਣੀ ਹੈ ਨਾ ਮਾਨ ਸਾਹਿਬ, ਤੁਸੀਂ ਕਰ ਸਕਦੇ ਹੋ, ਤੁਸੀਂ ਕਰ ਸਕਦੇ ਹੋ। ਤੁਸੀਂ ਖੇਤੀ ਨੀਤੀ ਬਣਾਉਣੀ ਹੈ ਨਾ ਪੰਜਾਬ ਨੂੰ ਜੇ ਬਚਾਉਣਾ ਖੇਤੀ ਤੋਂ, ਤੁਸੀਂ ਝੋਨੇ ਤੋਂ ਬਚਾਉਣਾ ਤੁਸੀਂ, ਤਾਂ ਅੱਛੀਆਂ ਫਸਲਾਂ ਦੇ ਬੀਜ ਜ਼ਰੂਰੀ ਨਹੀਂ ਕਿ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੀ ਤੁਸੀਂ ਪ੍ਰਫੁੱਲਿਤ ਕਰਨੀ ਹੈ, ਲਾਜ਼ਮੀ ਨਹੀਂ ਹੈਗਾ। ਭਾਵ ਪੰਜਾਬ ਤੋਂ ਬਾਹਰਲੀਆਂ ਖੇਤੀਬਾੜੀ ਯੂਨੀਵਰਸਿਟੀਆਂ ਬਹੁਤ ਜ਼ਿਆਦਾ ਵਧੀਆ ਨੇ, ਜਿਵੇਂ ਪੰਤਨਗਰ ਯੂਨੀਵਰਸਿਟੀ ਵਿੱਚ ਗੰਨੇ ਦੇ ਬੜੇ ਸ਼ਾਨਦਾਰ ਬੀਜ ਹੁੰਦੇ ਆ। ਪੰਜਾਬ 'ਚ ਵੀ ਜਲੰਧਰ ਵਿੱਚ ਗੰਨਾ ਖੋਜ ਕੇਂਦਰ ਬਣਾਇਆ ਸੀ, ਅੱਜ ਕੱਲ੍ਹ ਪਤਾ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਪਤਾ ਨਹੀਂ ਲੱਗਦਾ, ਉਹ ਵੀ ਬੜਾ ਵਧੀਆ, ਜਿਵੇਂ ਕਿ COJ ਚੌਂਟ ਬੜਾ ਚੱਲਿਆ ਪੰਜਾਬ 'ਤੇ ਰਾਜ ਕੀਤਾ COJ ਚੌਂਟ ਨੇ, ਗੰਨੇ ਨੇ ਪੰਜਾਬ 'ਤੇ ਰਾਜ। ਫਿਰ ਬਾਅਦ 'ਚ ਆ ਗਏ COJ 84 ਵਗੈਰਾ ਆ ਗਏ ਬੀਜ, ਉਹ ਕਾਮਯਾਬ ਨਹੀਂ ਇੰਨੇ ਹੋਏ, ਪਰ ਚੌਂਟ ਨੇ ਰਾਜ ਕੀਤਾ। 11 ਕਿਲੋ ਤੱਕ ਰਿਕਵਰੀ ਸੀਗੀ ਕੁਆਂਟਲ 'ਚੋਂ, 11 ਤੋਂ ਲੈ ਕੇ 12 ਕਿਲੋ ਚੀਨੀ ਨਿਕਲਦੀ ਸੀ ਚੌਂਟ 'ਚੋਂ, 11 ਤੋਂ 12 ਕਿਲੋ ਚੀਨੀ, ਮਤਲਬ ਕਿ ਉਹਦੇ ਚੌਂਟ 'ਚੋਂ। ਉਸ ਤੋਂ ਬਾਅਦ ਫਿਰ ਜਿਵੇਂ ਕਿ ਅਗੇਤੀ ਕਿਸਮ ਸੀਗੀ, 36 ਕਿਸਮ ਇਹ ਕੱਢਣ ਦੀ ਕੋਸ਼ਿਸ਼ ਕੀਤੀ ਜਲੰਧਰ ਨੇ, ਕਾਮਯਾਬ ਕੀ, ਪਰ ਪਤਾ ਨਹੀਂ ਕਿਉਂ ਬਾਅਦ ਵਿੱਚ ਕੀ ਹੋਇਆ ਜਲੰਧਰ ਖੋਜ ਗੰਨਾ ਖੋਜ ਕੇਂਦਰ ਨੂੰ। ਮਤਲਬ ਕਿ ਯੂਨੀਵਰਸਿਟੀਆਂ, ਹਰਿਆਣੇ ਯੂਨੀਵਰਸਿਟੀ ਹੈਗੀ ਆ ਖੇਤੀਬਾੜੀ ਯੂਨੀਵਰਸਿਟੀ, ਵੀ ਉੱਥੋਂ ਲਾਭ ਲੈ ਸਕਦੇ ਹੋ। ਖੇਤੀਬਾੜੀ ਪੰਜਾਬ ਦਾ ਮੁੱਖ ਧੰਦਾ, ਖੇਤੀਬਾੜੀ ਦੇ ਧੰਦੇ ਅਤੇ ਹੋਰ ਧੰਦੇ ਨੇ, ਖੇਤੀਬਾੜੀ ਅਤੇ ਕੰਬਾਈਨ ਇੰਡਸਟਰੀ ਆ, ਖੇਤੀਬਾੜੀ ਦੇ ਟਰੈਕਟਰ ਇੰਡਸਟਰੀ ਆ, ਖੇਤੀਬਾੜੀ ਦੇ ਪੈਸਟੀਸਾਈਡ ਇੰਡਸਟਰੀ ਆ, ਖੇਤੀਬਾੜੀ ਅਤੇ ਤੁਹਾਡੇ ਬੀਜ ਇੰਡਸਟਰੀ ਆ, ਖੇਤੀਬਾੜੀ ਅਤੇ ਮਜ਼ਦੂਰ ਇੰਡਸਟਰੀ ਆ, ਜਿਹੜੀ ਲੇਬਰ ਹੈਗੀ ਆ, ਤੁਸੀਂ ਭਾਵੇਂ ਬਿਹਾਰ ਤੋਂ ਲੈ ਕੇ ਆਉਣੇ ਹੋ, ਕਿੱਦੋਂ ਲੈ ਕੇ ਆਉਂਦੇ ਹੋ। ਖੇਤੀਬਾੜੀ ਅਤੇ ਇੱਕ ਮੰਡੀਆਂ ਦਾ ਇੰਡਸਟਰੀ, ਜਿਹੜੀ ਮੰਡੀਆਂ ਹੈਗੀਆਂ ਨੇ, ਮੰਡੀਆਂ ਜਿਹੜੀਆਂ ਹੈਗੀਆਂ ਨਾ ਜੀ, ਸਬਜ਼ੀ ਮੰਡੀ ਸਮਥਿੰਗ, ਜੋ ਵੀ ਫਲਾਂ ਦੀ ਮੰਡੀ, ਉਹ ਵੀ ਖੇਤੀਬਾੜੀ ਅਧਾਰਤ ਹੈਗੀ ਆ। ਖੇਤੀਬਾੜੀ ਇੱਕ ਬਹੁਤ ਵੱਡਾ ਸਾਡਾ ਜਿਹੜਾ ਪੰਜਾਬ ਦਾ ਸੈਗਮੈਂਟ ਹੈਗਾ, ਇਸ ਕਰਕੇ ਖੇਤੀਬਾੜੀ ਪ੍ਰਤੀ ਪੰਜਾਬ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਕਾਰਵਾਈ ਕਰਨੀ ਚਾਹੀਦੀ ਆ ਜੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ 'ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ, ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ,
अब D5 चैनल हिंदी भी होगा साथ। की ने साडे कानून फर्ज ते अधिकार, की करदी है साडी सरकार, की है तुहाडी मुश्किल दा हल। D5 चैनल पंजाबी दी कचहरी च होवेगी सिर्फ लोकां दी गल।